ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਪਤਾ ਹੋਵੇਗਾ ਕਿ ਕੁਝ ਦਿਨ ਪਹਿਲਾਂ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਵਿਚਕਾਰ ਕੁਝ ਦਿਨ ਪਹਿਲਾਂ ਕਈ ਤਕਰਾਰਾਂ ਹੋ ਗਈਆਂ ਸਨ ਅਤੇ ਉਹਨਾਂ ਵਿੱਚ ਕਾਫੀ ਲੜਾਈ ਵੀ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਆਖਿਰ ਵਿੱਚ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਸੀ। ਉਸ ਤੋਂ ਬਾਅਦ ਇੱਕ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਜੈਸਮਿਨ ਸੈਂਡਲਸ ਨੇ ਗੈਰੀ ਸੰਧੂ ਨੂੰ ਬੇਵਫਾ ਦੱਸਿਆ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਇਸ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ। ਆਓ ਜਾਣਦੇ ਹਾਂ ਕੀ ਹੈ ਸਾਰੀ ਕਹਾਣੀ। ਅਕਸਰ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਆਪਣੀ ਸਨੈਪਚੈਟ ਕਰਕੇ ਮਸ਼ਹੂਰ ਰਹਿੰਦੇ ਸਨ। ਉਹ ਸਨੈਪਚੈਟ 'ਤੇ ਆਪਣੀਆਂ ਤਸਵੀਰਾਂ ਪਾਉਂਦੇ ਰਹਿੰਦੇ ਸਨ। ਜੇਕਰ ਤੁਸੀਂ ਉਹ ਤਸਵੀਰਾਂ ਦੇਖੀਆਂ ਹਨ ਤੁਹਾਨੂੰ ਉਹਨਾਂ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਇੱਕ ਦੂਜੇ ਦੇ ਕਿੰਨੇ ਕਰੀਬ ਸਨ। ਪਰ ਆਖਿਰ ਵਿੱਚ ਅਜਿਹਾ ਕੀ ਹੋ ਗਿਆ ਜੋ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਅਲੱਗ ਹੋ ਗਏ। ਹਾਂਜੀ, ਅਸੀਂ ਤੁਹਾਨੂੰ ਦੱਸ ਦਈਏ ਕਿ ਕੁਝ ਟਾਈਮ ਪਹਿਲਾਂ ਜੈਸਮਿਨ ਸੈਂਡਲਸ ਨੇ ਗੈਰੀ ਸੰਧੂ 'ਤੇ ਇਲਜ਼ਾਮ ਲਾਇਆ ਸੀ ਕਿ ਉਸ ਕੋਲ ਜੈਸਮਿਨ ਲਈ ਟਾਈਮ ਨਹੀਂ ਹੈ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਜੇ ਉਸ ਕੋਲ ਟਾਈਮ ਨਹੀਂ ਹੈ ਤਾਂ ਉਹ ਉਸਨੂੰ ਛੱਡ ਦੇਵੇ ਤੇ ਉਹ ਇਕੱਲੀ ਰਹਿ ਲਵੇਗੀ। ਉਸ ਤੋਂ ਕੁਝ ਸਮੇਂ ਬਾਅਦ ਦੋਵਾਂ ਨੇ ਬ੍ਰੇਕਅਪ ਕਰ ਲਿਆ ਸੀ। ਉਸ ਤੋਂ ਬਾਅਦ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਵੱਲੋਂ ਆਪਣੀ ਇਕੱਠਿਆਂ ਦੀ ਕੋਈ ਵੀਡੀਓ ਨਹੀਂ ਪਾਈ ਗਈ ਸੀ, ਜਿਸ ਤੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਇਕੱਠੇ ਨਹੀਂ ਰਹਿ ਰਹੇ ਬਲਕਿ ਉਹ ਬ੍ਰੇਕਅਪ ਕਰਨ ਅਲੱਗ ਅਲੱਗ ਹੋ ਚੁੱਕੇ ਹਨ। ਹੁਣ ਕਾਫੀ ਲੰਬੇ ਸਮੇਂ ਬਾਅਦ ਜੈਸਮਿਨ ਸੈਂਡਲਸ ਨੇ ਇੱਕ ਵੀਡੀਓ ਪਾਈ ਅਤੇ ਉਸ ਵੀਡੀਓ ਵਿੱਚ ਜੈਸਮਿਨ ਸੈਂਡਲਸ ਲਾਈਵ ਸ਼ੋਅ 'ਤੇ ਗੈਰੀ ਸੰਧੂ ਨੂੰ ਬੇਵਫਾ ਦੱਸ ਰਹੀ ਹੈ। ਹਾਂਜੀ ਦੋਸਤੋ, ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੈਸਮਿਨ ਸੈਂਡਲਸ ਗੈਰੀ ਸੰਧੂ ਨੂੰ ਹੀ ਬੇਵਫਾ ਕਹਿ ਰਹੀ ਹੈ ਅਤੇ ਉਸਨੇ ਗੈਰੀ ਨੂੰ ਬੇਵਫਾ ਲਾਈਵ ਸ਼ੋਅ ਵਿੱਚ ਗਾਣਾ ਗਾ ਕੇ ਕਿਹਾ। ਆਓ ਦੇਖਦੇ ਹਾਂ ਉਹ ਸਾਰੀ ਵੀਡੀਓ। ਹਾਂਜੀ, ਤੁਸੀਂ ਵੀਡੀਓ ਤਾਂ ਦੇਖ ਹੀ ਲਈ ਹੈ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜੈਸਮਿਨ ਸ਼ਰੇਆਮ ਲਾਈਵ ਸ਼ੋਅ ਵਿੱਚ ਬੇਵਫਾ ਕਹਿ ਰਹੀ ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਗੈਰੀ ਵੱਲ ਹੀ ਇਸ਼ਾਰਾ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਗੈਰੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਰਿਪਲਾਈ ਕਰਦੇ ਹਨ। ਅਜੇ ਤੱਕ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਹੈ। ਜਦੋਂ ਹੀ ਉਹ ਕੋਈ ਰਿਪਲਾਈ ਕਰਦੇ ਹਨ ਅਸੀਂ ਤੁਹਾਡੇ ਅੱਗੇ ਜ਼ਰੂਰ ਪੇਸ਼ ਕਰਾਂਗੇ। ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਜੈਸਮਿਨ ਸੈਂਡਲਸ ਜਾਂ ਗੈਰੀ ਸੰਧੂ ਵਿੱਚੋਂ ਕਿਸ ਦੇ ਫੈਨ ਹੋ ਅਤੇ ਤੁਹਾਨੂੰ ਕਿਸ ਦੇ ਗਾਣੇ ਜ਼ਿਆਦਾ ਵਧੀਆ ਲੱਗਦੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਹ ਵੀਡੀਓ ਗੈਰੀ ਸੰਧੂ ਤੱਕ ਪਹੁੰਚ ਸਕੇ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।